ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇਹ ਵੀਡੀਓ ਉਹਨਾਂ ਕੈਂਡੀਡੇਟਸ ਵਾਸਤੇ ਆ ਜਿਹੜੇ ਵਿਜ਼ਿਟਰ ਵੀਜ਼ਾ ਦੇ ਉੱਤੇ ਕੈਨੇਡਾ ਟਰੈਵਲ ਕਰ ਰਹੇ ਨੇ। ਅੱਜ 17 ਤਰੀਕ ਬਣਦੀ ਹੈ ਕੈਨੇਡਾ ਦੇ ਵਿੱਚ 17 ਦੀ ਸੁਬਹਾ, ਯਾਨੀ ਕਿ 12 ਵਜੇ ਹੋਏ ਨੇ 17 ਤਰੀਕ ਦੇ ਸਵੇਰੇ ਤੋਂ ਹੁਣ ਤੱਕ ਮੌਂਟਰੀਅਲ ਏਅਰਪੋਰਟ ਦੇ ਉੱਤੇ 25 ਕੈਂਡੀਡੇਟਸ ਪੰਜਾਬ ਤੋਂ ਜਿਹੜੇ ਵਿਜ਼ਿਟਰ ਵੀਜ਼ਾ ਦੇ ਉੱਤੇ ਆਏ ਸੀ, ਟਰੈਵਲ ਕੀਤਾ ਸੀ ਅਤੇ ਉਹਨਾਂ ਦੀ ਮੌਂਟਰੀਅਲ ਇਮੀਗ੍ਰੇਸ਼ਨ ਹੋਣੀ ਸੀ, ਉੱਥੋਂ ਅੱਗੇ ਉਹਨਾਂ ਦੇ ਕਨੈਕਸ਼ਨ ਸੀ ਫਲਾਈਟਸ ਦੇ, ਕਿਸੇ ਨੇ ਕਿਤੇ ਜਾਣਾ ਸੀ ਕਿਸੇ ਨੇ ਕਿਤੇ ਜਾਣਾ ਸੀ। ਇਮੀਗ੍ਰੇਸ਼ਨ ਜ਼ਿਆਦਾਤਰ ਇਸ ਤਰੀਕੇ ਨਾਲ ਹੁੰਦੀ ਹੈ ਕਿ ਜੇ ਤੁਹਾਡਾ ਕਨੈਕਸ਼ਨ ਆ ਮੰਨ ਲਓ ਓਨਟਾਰੀਓ ਬਰੈਂਪਟਨ ਮਿਸਿਸਾਗਾ ਏਅਰਪੋਰਟ ਤੋਂ ਅਤੇ ਉਸ ਤੋਂ ਬਾਅਦ ਤੁਸੀਂ ਕੈਲਗਰੀ ਜਾਣਾ, ਤਾਂ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਚਾਂਸ ਆ ਵੀ 99.9% ਤੁਹਾਡੀ ਇਮੀਗ੍ਰੇਸ਼ਨ ਆ ਓਨਟਾਰੀਓ ਚ ਹੀ ਹੋ ਜਾਣੀ ਹੈ, ਯਾਨੀ ਕਿ ਮਿਸਿਸਾਗਾ ਪੀਅਰਸਨ ਏਅਰਪੋਰਟ 'ਤੇ ਹੋਜੂ, ਉਵੇਂ ਮੌਂਟਰੀਅਲ ਹੁੰਦਾ। ਜੇ ਤੁਹਾਡੇ ਅੱਗੇ ਕਨੈਕਸ਼ਨ ਨੇ ਤਾਂ ਤੁਹਾਡੀ ਮੌਂਟਰੀਅਲ ਏਅਰਪੋਰਟ 'ਤੇ ਹੀ ਇਮੀਗ੍ਰੇਸ਼ਨ ਹੋ ਜਾਣੀ ਹੁੰਦੀ ਆ। ਸੋ 25 ਕੈਂਡੀਡੇਟਸ ਨੂੰ ਮੌਂਟਰੀਅਲ ਏਅਰਪੋਰਟ ਦੇ ਉੱਤੇ ਦੋ ਆਪਸ਼ਨਸ ਦਿੱਤੀਆਂ ਗਈਆਂ ਵੀ ਜਾਂ ਤਾਂ ਵਾਪਸ ਚਲੇ ਜਾਓ ਜਾਂ ਅਸਾਈਲਮ ਪਾ ਦਿਓ। 25 ਕੈਂਡੀਡੇਟਸ ਨੇ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਅਸਾਈਲਮ ਪਾਈ ਹੈ ਜੀ। ਨੀਅਰ ਅਬਾਊਟ 35 ਕੈਂਡੀਡੇਟ ਸੀਗੇ ਉਸ ਫਲਾਈਟ ਦੇ ਵਿੱਚ ਜਿਹੜੇ ਵਿਜ਼ਿਟਰ 'ਤੇ ਟਰੈਵਲ ਕਰ ਰਹੇ ਸੀ, ਉਹਨਾਂ ਵਿੱਚੋਂ 10 ਨੂੰ ਹੀ ਅਲਾਓ ਕੀਤਾ, 25 ਨੂੰ ਅਸਾਈਲਮ 'ਤੇ ਕਰ ਦਿੱਤਾ ਗਿਆ, ਅਸਾਈਲਮ ਪੁਆਈ ਗਈ ਜਾਂ ਉਹਨਾਂ ਨੂੰ ਕਿਹਾ ਵਾਪਸ ਜਾਓ। ਹੁਣ ਉਹਦੇ ਪਿੱਛੇ ਕਾਰਨ ਕੀ ਬਣਿਆ, ਕਾਰਨ ਧਿਆਨ ਨਾਲ ਸੁਣਿਓ ਦੋਸਤੋ, ਸ਼ੇਅਰ ਕਰ ਦਿਓ ਇਹ ਕਾਰਨ ਆਪਦੇ ਰਿਸ਼ਤੇਦਾਰਾਂ ਨਾਲ, ਆਪਦੇ ਭੈਣ ਭਾਈਆਂ ਨਾਲ। ਉਹ ਕੈਂਡੀਡੇਟਸ ਜਿਨ੍ਹਾਂ ਨੇ ਕਿਸੇ ਨਾ ਕਿਸੇ ਓਕੇਜ਼ਨ 'ਤੇ ਕੈਨੇਡਾ ਆਉਣਾ ਸੀ, ਅਤੇ ਓਕੇਜ਼ਨ ਹੋਣ ਜਾ ਰਹੀ ਆ ਹੁਣ ਤੋਂ 15 ਦਿਨਾਂ ਬਾਅਦ, 20 ਦਿਨਾਂ ਬਾਅਦ, 25 ਦਿਨਾਂ ਬਾਅਦ, ਯਾਨੀ ਕਿ ਮਹੀਨੇ ਦੇ ਵਿੱਚ ਵਿੱਚ। ਅਤੇ ਉਹਨਾਂ ਦੀਆਂ ਟਿਕਟਾਂ ਸੀ ਕਿਸੇ ਦੀ 4 ਮਹੀਨੇ ਲਈ, ਕਿਸੇ ਦੀ 5 ਮਹੀਨੇ ਲਈ। ਇੱਕ ਚੀਜ਼ ਦਾ ਖਾਸਮ ਖਾਸ ਧਿਆਨ ਰੱਖੋ, ਜੇ ਤੁਸੀਂ ਜ਼ਿਆਦਾ ਟਾਈਮ ਰਹਿਣਾ ਵੀ ਆ ਇੱਥੇ ਆ ਕੇ, ਤਾਂ ਉੱਤਰ ਕੇ ਟਿਕਟ ਐਕਸਟੈਂਡ ਕਰਵਾ ਲਿਓ। ਪਹਿਲਾਂ ਟਿਕਟ ਓਨੀਓ ਹੀ ਲੈ ਕੇ ਆਉਣੀ ਆ ਜਦੋਂ ਤੁਹਾਡੀ ਓਕੇਜ਼ਨ ਹੋਊਗੀ, ਉਸ ਤੋਂ ਬਾਅਦ 1 ਵੀਕ ਦੇ ਵਿੱਚ ਵਿੱਚ ਤੁਸੀਂ ਵਾਪਸ ਜਾਣਾ ਆਪਦੇ ਆਪ ਨੂੰ ਦਿਖਾਉਣਾ ਟਿਕਟ ਰਾਹੀਂ, ਯਾਨੀ ਕਿ ਤੁਹਾਡੀ ਜਿਹੜੀ ਰਿਟਰਨ ਟਿਕਟ ਹੋਣੀ ਚਾਹੀਦੀ ਆ ਹਫ਼ਤਾ 10 ਦਿਨ 15 ਦਿਨ ਬਾਅਦ ਹੋ ਜਾਣੀ ਚਾਹੀਦੀ ਆ। ਖਾਸ ਕਰਕੇ ਉਹ ਕੈਂਡੀਡੇਟਸ ਜਿਨ੍ਹਾਂ ਨੇ ਮੌਂਟਰੀਅਲ ਏਅਰਪੋਰਟ 'ਤੇ ਜਿਨ੍ਹਾਂ ਦੀ ਸਟੇ ਆ ਅਤੇ ਉਹਨਾਂ ਦੀ ਇਮੀਗ੍ਰੇਸ਼ਨ ਵੀ ਉੱਥੇ ਹੀ ਹੋਣੀ ਆ, ਇਹ ਖਾਸ ਕਰਕੇ ਧਿਆਨ ਦੇ ਦਿਓ। ਉਹ ਕੈਂਡੀਡੇਟਸ ਜਿਹੜੇ ਵਿਜ਼ਟਰ ਵੀਜ਼ਾ ਦੇ ਉੱਤੇ ਆ ਰਹੇ ਆ, ਸਾਰੇ ਆਪਦੇ ਰਿਸ਼ਤੇਦਾਰਾਂ ਨਾਲ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ। ਥੈਂਕ ਯੂ ਵੈਰੀ ਮੱਚ।